धमान चैनल देख रहे सारे दर्शकों का अमरजीत धमान वालों निघा निघा स्वागत है जी। सो इस वेले असी खड़े हैं पिंड चिंतगढ़। इस पिंड चिंतगढ़ के छोटिया बच्चिया के वलों बजुर्ग बीबिया के वलों इतने अज तिया का त्यौहार मनाया जा रहा है। सो तिया का त्यौहार एक पुरातन त्यौहार है जिसनों के अजकल की जो नवी पीढ़ी है वह भुलती जा रही है। जिमें कि असी थानू दिखाने हैं कि अजकल जिहड़े चरखे ने वह चरखे भी आपां नूं देखण नूं नहीं मिल रहे। इत्थे चरखा भी हैगा, चक्की भी हैगी है, मधाणी भी हैगी है, पीढ़ियां भी हैगियां ने अते पक्खियां भी हैगियां ने। सो कोई कोई भी विरला बंदा होवेगा जिसने इन्हां चीज़ां नूं संभाल के रख्या होया है। सो आओ तुहानूं इत्थों दीआं बच्चियां दा बीबियां दा जो गिद्धा है वह दिखाने हैं अते इन्हां बच्चियां अते बीबियां दे नाल गलबात भी करते हैं कि इस अपने पुरातन विरसे बारे, सभ्याचार विरसे बारे, तियां बारे की कहनियां ने। ते आओ दिखाने हैं तुहानूं इह पूरी जानकारी।
ਕੀ ਨਾਮ ਹੈ? ਬ੍ਰਹਮਪ੍ਰੀਤ ਕੌਰ। ਪਿੰਡ ਕਿਹੜਾ? ਚਿੰਤਗੜ੍ਹ। ਅੱਜ ਚਿੰਤਗੜ੍ਹ ਦੇ ਵਿੱਚ ਤੁਸੀਂ ਇਹ ਤੀਆਂ ਮਨਾ ਰਹੇ ਹੋ, ਤੇ ਤੀਆਂ ਮਨਾ ਕੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ? ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ। ਅੱਛਾ, ਅੱਜ ਸਾਰੇ ਪਿੰਡ ਨੇ ਤੀਆਂ ਮਨਾਈਆਂ? ਹਾਂਜੀ। ਅੱਛਾ, ਕਿੰਨੇ ਵਜੇ ਲੱਗੇ ਸੀ ਤੀਆਂ ਮਨਾਉਣ? ਅਸੀਂ 12:30 ਵਜੇ ਲੱਗ ਗਏ ਸੀਗੇ। ਓਕੇ, ਸੋ ਕਿੰਨਾ ਕੁ ਗਿੱਧਾ ਪਾਇਆ? ਬਹੁਤ ਜ਼ਿਆਦਾ ਪਾਇਆ ਜੀ। ਅੱਛਾ, ਤੁਹਾਨੂੰ ਇਹਦੇ ਬਾਰੇ ਪਤਾ ਕੀ ਹੈ ਇਹ? ਹਾਂਜੀ। ਕੀ ਹੈ? ਚਾਟੀ ਹੈ ਜੀ। ਚਾਟੀ ਹੈ? ਹਾਂਜੀ। ਇਹਦੇ ਨਾਲ ਕੀ ਕਰਦੇ ਹੁੰਦੇ ਆ? ਇਹਨਾਂ ਪੁਰਾਣੇ ਸਮੇਂ ਵਿੱਚ ਦੁੱਧ ਦੇ ਰਿੜਕਦੇ ਹੁੰਦੇ ਸੀਗੇ। ਓਕੇ, ਅੱਜ ਕੱਲ੍ਹ ਇਲੈਕਟ੍ਰੋਨਿਕ ਆ ਗਈਆਂ? ਹਾਂਜੀ, ਅੱਜ ਕੱਲ੍ਹ ਇਲੈਕਟ੍ਰੋਨਿਕ ਆ ਗਈਆਂ, ਮੀਨਸ ਚਾਟੀਆਂ ਤਾਂ ਭੁੱਲ ਗਏ ਲੋਕ। ਸੋ ਕੀ ਕਹੋਗੇ ਅੱਜ ਕੱਲ੍ਹ ਦੇ ਜੋ ਮਾਹੌਲ ਹੈ? ਅੱਜ ਕੱਲ੍ਹ ਦਾ ਮਾਹੌਲ ਤਾਂ ਜੀ ਇਲੈਕਟ੍ਰੋਨਿਕ ਨਾਲ ਚੱਲ ਰਿਹਾ ਹੈ। ਆਪਾਂ ਨੂੰ ਪੁਰਾਣੇ ਸਮੇਂ ਵੀ ਯਾਦ ਕਰਨੇ ਚਾਹੀਦੇ ਕਿ ਤੀਆਂ ਦਾ ਫੈਸਟੀਵਲ ਹੈ, ਇਹ ਵੀ ਪੁਰਾਣੇ ਸਮਿਆਂ ਨੂੰ ਯਾਦ ਕਰਵਾਉਂਦਾ ਹੈ। ਸੋ ਅੱਜ ਫਿਰ ਤੁਹਾਨੂੰ ਬੜੀ ਖੁਸ਼ੀ ਕਿੰਨੀ ਕੁ? ਸਾਨੂੰ ਬਹੁਤ ਖੁਸ਼ੀ ਲੱਗ ਰਹੀ ਹੈ ਜੀ। ਸੋ ਅੱਜ ਕਿੰਨੇ ਜਣਿਆਂ ਨੇ ਪਾਰਟਿਸਪੇਟ ਕੀਤਾ? ਸਭ ਨੇ ਕੀਤਾ, ਜਿੰਨੇ ਕੁੜੀਆਂ ਵੀ ਸਭ ਨੇ ਪਾਰਟਿਸਪੇਟ ਕੀਤਾ। ਸਾਰੇ ਪਿੰਡ ਨੇ ਤਕਰੀਬਨ? ਸਾਰੇ ਪਿੰਡ ਨੇ ਤਕਰੀਬਨ, ਵਿੱਚੇ ਲੇਡੀਜ਼ ਦੇ ਵਿੱਚ? ਹਾਂਜੀ, ਸਭ ਨੇ। ਤੁਹਾਨੂੰ ਥੈਂਕ ਯੂ। ਅੱਜ ਤੀਆਂ ਮਨਾਈਆਂ ਜਾ ਰਹੀਆਂ ਨੇ ਪਿੰਡ ਚਿੰਤਗੜ੍ਹ ਦੇ ਵਿੱਚ, ਠੀਕ ਹੈ ਜੀ। ਸੋ ਤੁਹਾਡੀ ਕਿੰਨੀ ਕੁ ਏਜ ਹੋ ਗਈ ਤੀਆਂ ਮਨਾਉਂਦਿਆਂ ਨੂੰ? ਉਮਰ ਬਹੁਤ ਉਮਰ ਮੇਰਾ 60-65 ਸਾਲ ਹੋ ਗਏ। 60 ਸਾਲ? ਅੱਛਾ ਜੀ। ਹਾਂਜੀ, ਤੁਸੀਂ ਬਚਪਨ ਤੋਂ ਦੇਖਦੇ ਆ ਰਹੇ ਹੋਵੋਗੇ? ਪਹਿਲਾਂ ਝੂਟੇ ਕਰਦੇ ਰਹੇ, ਪਿੰਗਾਂ ਪਾਏ ਕਰਦੇ ਰਹੇ ਜੀ। ਹਾਂ, ਫਿਰ ਹੁਣ ਉਹ ਦੂਜੀ ਤਰ੍ਹਾਂ ਮਨਾਉਣ ਲੱਗ ਗਏ। ਹਾਂਜੀ, ਹਾਂ। ਸੋ ਪੇਕੇ ਪਿੰਡ ਆ ਕੇ ਤੀਆਂ ਮਨਾਈਆਂ ਜਾਂਦੀਆਂ? ਪੇਕੇ ਪਿੰਡ ਕੁੜੀਆਂ ਤੀਆਂ ਮਨਾਉਂਦੀਆਂ। ਹਾਂ, ਤੀਆਂ ਦੇ ਵਿੱਚ ਕੀ ਕੀ ਕਰਦੇ ਹੁੰਦੇ? ਬਸ ਆਹੀ ਹੋ ਗਿਆ, ਗੁੱਡਾ ਪਾਲੇ ਕੋ ਕਰ ਲੈਣਾ, ਇਹੀ ਕੰਮ ਕਰੀ ਜਾਂਦੇ ਤੇ ਸਧਾਰੇ ਦੇਣੇ ਕੁੜੀਆਂ ਨੂੰ ਹੈ ਕਿ? ਹਾਂਜੀ, ਭਰਾ ਸਧਾਰ ਲੈ ਕੇ ਜਾਂਦੇ ਸੀ। ਹਾਂ, ਅੱਜ ਕੱਲ੍ਹ ਇਹ ਖਤਮ ਹੁੰਦਾ ਜਾ ਰਿਹਾ ਹੈ ਜੀ, ਉਹਦਾ ਇਹ ਪੰਜਾਬੀ ਸੱਭਿਆਚਾਰ ਵਿਰਸਾ? ਬਿਲਕੁਲ ਖਤਮ ਕਰਦੇ ਜਾਂਦੇ ਹਾਂ। ਹਾਂ, ਨਵੇਂ ਨਵੇਂ ਚੱਲ ਪਏ ਨਾ ਭਰਾਵਾ। ਠੀਕ ਹੈ ਜੀ। ਸੋ ਵੈਸੇ ਤਾਂ ਇਹ ਚੱਲਦਾ ਰਹਿਣਾ ਚਾਹੀਦਾ? ਜ਼ਰੂਰ ਜ਼ਰੂਰ, ਵਹੀ ਚੱਲਦਾ ਰਹਿੰਦਾ, ਕੁੜੀਆਂ ਨੂੰ ਪਤਾ ਲੱਗੇ ਮੇਰੇ ਪੇਕੇ ਜਾਣਾ ਮੈਂ, ਹੈ ਭਰਾਵਾਂ ਨੂੰ ਪਤਾ ਸਧਾਈ ਲੈ ਕੇ ਜਾਣਾ ਮੈਂ। ਠੀਕ ਹੈ। ਹਾਂ, ਕੀ ਨਾਮ ਹੈ ਜੀ ਤੁਹਾਡਾ? ਪ੍ਰਦੀਪ ਕੌਰ ਹੈ ਜੀ। ਪਿੰਡ ਕਿਹੜਾ? ਚਿੰਤਗੜ੍ਹ। ਅੱਜ ਚਿੰਤਗੜ੍ਹ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਨੇ, ਸੋ ਤੁਸੀਂ ਵੀ ਇੱਥੇ ਭਾਗ ਲਿਆ ਤੀਆਂ ਦੇ? ਹਾਂਜੀ ਹਾਂ। ਕੀ ਨਾਮ ਹੈ ਜੀ ਤੁਹਾਡਾ? ਪ੍ਰਦੀਪ ਕੌਰ ਹੈ ਜੀ। ਪਿੰਡ ਤੁਹਾਡਾ ਚਿੰਤਗੜ੍ਹ? ਹਾਂਜੀ, ਚਿੰਤਗੜ੍ਹ। ਅੱਜ ਚਿੰਤਗੜ੍ਹ ਦੇ ਵਿੱਚ ਤੀਆਂ ਮਨਾਈਆਂ, ਤੁਸੀਂ ਵੀ ਇੱਥੇ ਭਾਗ ਲਿਆ? ਹਾਂਜੀ। ਕੀ ਕੀ ਆਈਟਮਾਂ ਕੀਤੀਆਂ? ਇੱਥੇ ਹੀ ਗਿੱਧਾ ਪਾਇਆ ਬੱਚਿਆਂ ਨੇ, ਅਸੀਂ ਗਿੱਧਾ ਪਾਇਆ, ਬੋਲੀਆਂ ਵੀ ਪਾਈਆਂ। ਹਾਂਜੀ। ਕੋਈ ਬੋਲੀ ਆਉਂਦੀ ਆ ਤੁਹਾਨੂੰ? ਹਰੇ ਹਰੇ ਕਾ ਉੱਤੇ ਸੱਪ ਕੁੱਕਾ ਮਾਰਦਾ, ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ। ਤੁਹਾਡਾ ਕੀ ਨਾਮ ਹੈ? ਗੁਰਮੀਤ ਕੌਰ ਜੀ। ਸੋ ਅੱਜ ਚਿੰਤਗੜ੍ਹ ਪਿੰਡ ਦੇ ਵਿੱਚ ਤੀਆਂ ਮਨਾਈਆਂ ਤੁਸੀਂ, ਸੋ ਬੱਚਿਆਂ ਨੇ ਵੀ ਬੜਾ ਨੱਚ ਟੱਪ ਕੇ ਰੌਣਕਾਂ ਲਾਈਆਂ, ਤੁਸੀਂ ਵੀ ਬੜਾ ਨੱਚ ਟੱਪ ਕੇ ਰੌਣਕਾਂ ਲਾਈਆਂ। ਸੋ ਇਹ ਤੀਆਂ ਬਾਰੇ ਕਿ ਤਿਉਹਾਰ ਬਾਰੇ ਕੀ ਕਹੋਗੇ? ਤੀਆਂ ਦੇਖੋ ਜੀ, ਪਿਛਲੇ ਸਮੇਂ ਤੋਂ ਮਨਾਈਆਂ ਜਾਂਦੀਆਂ, ਜਦੋਂ ਕੁੜੀਆਂ ਮਤਲਬ ਬਹਾਨੇ ਨਾਲ ਆਪਣੇ ਪੇਕੇ ਆਉਂਦੀਆਂ ਸੀਗੀਆਂ ਸਾਉਣ ਦੇ ਮਹੀਨੇ, ਜਦ ਫੋਨ ਫਾਨ ਨਹੀਂ ਸੀਗੇ, ਵੀ ਇੰਨਾ ਇਕੱਠ ਨਹੀਂ ਸੀ ਹੁੰਦਾ, ਮਾਂ ਬਾਪ ਨੂੰ ਮਿਲ ਨਹੀਂ ਸੀ ਹੁੰਦਾ, ਉਹ ਸਾਉਣ ਦੇ ਬਹਾਨੇ ਆ ਜਾਂਦੀਆਂ ਸੀ। ਅੱਜ ਕੱਲ੍ਹ ਫੋਨ ਆ, ਇੰਟਰਨੈਟ ਅੱਜ ਕੱਲ੍ਹ ਯਾਨੀ ਘੱਟਦਾ ਜਾ ਰਿਹਾ, ਪਰ ਫਿਰ ਦੁਬਾਰਾ ਇਹ ਪਿੰਡਾਂ 'ਚ ਅਪਣਾਇਆ ਜਾ ਰਿਹਾ ਤਿਉਹਾਰ। ਹਾਂਜੀ। ਸੋ ਅੱਜ ਤੁਸੀਂ ਵੀ ਨੱਚੇ ਟੱਪੇ? ਥੋੜ੍ਹਾ ਇੰਜੋਏ ਕੀਤਾ। ਥੈਂਕ ਯੂ। ਵੈਲਕਮ। ਕੀ ਨਾਮ ਹੈ ਜੀ ਤੁਹਾਡਾ? ਜਸਵਿੰਦਰ ਕੌਰ ਜੀ। ਅੱਜ ਚਿੰਤਗੜ੍ਹ ਪਿੰਡ ਦੇ ਵਿੱਚ ਤੀਆਂ ਮਨਾ ਰਹੇ ਹੋ ਤੁਸੀਂ, ਬਹੁਤ ਵਧੀਆ, ਬੱਚੇ ਵੀ ਇੰਜੋਏ ਕਰ ਰਹੇ ਆ, ਮਨੋਰੰਜਨ ਕਰ ਰਹੇ ਆ। ਸੋ ਇਹ ਤੀਆਂ ਕਿੰਨੀ ਕੁ ਦੇਰ ਤੋਂ ਮਨਾਈਆਂ ਜਾ ਰਹੀਆਂ ਨੇ? ਵੈਸੇ ਤਾਂ ਜੀ ਇਹ ਸ਼ੁਰੂ ਤੋਂ ਹੀ ਮਨਾਉਂਦੇ ਆ ਜੀ, ਪਰ ਸਾਡੇ ਪਿੰਡ ਇਹ ਪਹਿਲੀ ਵਾਰੀ ਹੁਣ ਮਨਾਈਆਂ ਜਾ ਰਹੀਆਂ ਆ ਜੀ। ਹਾਂਜੀ। ਸੋ ਤੁਸੀਂ ਤਾਂ ਚਰਖੇ ਵੀ ਦੇਖੇ ਹੋਣੇ ਆ? ਹਾਂਜੀ, ਕੱਤਿਆ ਵੀ ਹੈ ਚਰਖਾ? ਹਾਂਜੀ, ਕੱਤਿਆ ਵੀ ਹੈ ਜੀ। ਸੋ ਚਰਖੇ ਨੂੰ ਘੁਮਾਉਣੇ ਵਾਲੀ ਜਿਹੜੀ ਉੱਪਰ ਲੱਗੀ ਹੁੰਦੀ ਆ, ਉਹਨੂੰ ਕਹਿੰਦੇ ਕੀ ਆ? ਉਹਨੂੰ ਮਾਲ ਕਹਿੰਦੇ ਆ ਜੀ। ਮਾਲ ਕਹਿੰਦੇ ਆ? ਹਾਂਜੀ। ਸੋ ਜਿਹੜਾ ਸੂਤ ਚੜਦਾ ਉਹਨੂੰ ਕੀ ਕਹਿੰਦੇ ਆ ਜਿਹਦੇ ਪਰ? ਉਹ ਤੱਕੜਾ ਹੈ ਜੀ। ਤੱਕੜਾ ਹੁੰਦਾ? ਹਾਂਜੀ, ਠੀਕ ਹੈ ਜੀ। ਸੋ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਉਹ ਇਹ ਸਾਰਾ ਕੁਝ ਭੁੱਲਦੇ ਜਾ ਰਹੇ ਨੇ, ਤੁਹਾਡਾ ਕੀ ਕਹਿਣਾ? ਸਾਡਾ ਇਹੀ ਕਹਿਣਾ ਹੈ ਜੀ ਕਿ ਅੱਗੇ ਵੀ ਅਸੀਂ ਇਹ ਤਾਂ ਹੀ ਪ੍ਰੋਗਰਾਮ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਨੂੰ ਅੱਗੇ ਅੱਗੇ ਪਤਾ ਲੱਗਦਾ ਰਹੇ ਕਿ ਵੀ ਇਹ ਪਹਿਲਾ ਵਿਰਸਾ ਜਿਹੜਾ ਇਹ ਨਾ ਭੁੱਲਣ ਜੀ। ਹਾਂਜੀ, ਕਿਉਂਕਿ ਅੱਜ ਕੱਲ੍ਹ ਮਸ਼ੀਨੀ ਯੁੱਗ ਆ ਗਿਆ, ਅੱਗੇ ਆਪਾਂ ਚਰਖਿਆਂ ਦੇ ਨਾਲ ਕੱਤ ਕੇ ਹੀ ਸੂਤ ਕੱਤਦੇ ਸੀ, ਫਿਰ ਉਹਦੀਆਂ ਦਰੀਆਂ ਬਣਾਉਂਦੇ ਸੀ, ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਸੀ, ਹੁਣ ਮਸ਼ੀਨੀ ਯੁੱਗ ਆ ਗਿਆ, ਕੀ ਕਹੋਗੇ? ਵੈਸੇ ਜਿਹੜਾ ਆਪਾਂ
पहला विरसा सी जो कत्त के जिहड़ा बनाउंदे सी ओह बहुत वधिया हुंदा सी जी। हुण वैसे मशीनां वाला करदे ने जी, अग्गे अग्गे बहुत तरक्की हुंदी जांदी है जी, उहदे करके बच्चे पिछे हटदे जांदे जी। असीं तां ही इह प्रोग्राम करदे हां कि सानूं अपना पहला विरसा साहिब याद रहे जी। धन्नवाद।